ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜੋੜਾ ਛੱਤਰਾਂ ਦੇ ਸੂਏ ਵਿੱਚ ਪਾਣੀ ਨਾ ਆਉਣ ਕਰਕੇ ਕਿਸਾਨਾਂ ਦੀ 70 ਕਿੱਲੇ ਜ਼ਮੀਨ ਦੀ ਫਸਲ ਦਾ ਨੁਕਸਾਨ ਹੋ ਰਿਹਾ। ਇਸ ਸੰਬੰਧੀ ਜਾਣਕਾਰੀ ਦਿੰਦੇ ਪਿੰਡ ਵਾਸੀਆਂ ਨੇ ਕਿਹਾ ਕਿ ਨਹਿਰੀ ਵਿਭਾਗ ਵੱਲੋਂ ਪਿਛਲੇ ਕਰੀਬ 10 ਸਾਲ ਪਹਿਲਾਂ ਸੂਏ ਨੂੰ ਪੱਕਾ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸੂਏ ਵਿੱਚ ਪਾਣੀ ਆਉਣਾ ਬੰਦ ਹੋ ਗਿਆ। ਉਹਨਾਂ ਕਿਹਾ ਕਿ ਜਦੋਂ ਇਸ ਸੰਬੰਧੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੂੰ ਸਿਰਫ ਤੇ ਸਿਰਫ ਲਾਰੇ ਲਗਾਏ। ਪਿੰਡ ਵਾਸੀਆਂ ਨੇ ਕਿਹਾ ਕਿ ਪਾਣੀ ਨਾ ਆਉਣ ਕਰਕੇ ਸਾਡੀਆਂ ਫਸਲਾਂ ਖਰਾਬ ਹੋ ਰਹੀਆਂ ਹਨ ਅਤੇ ਸਾਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ। ਸੂਆ ਬਣਾਉਣ ਲਈ ਅਸੀਂ ਆਪਣੀ ਜ਼ਮੀਨ ਵਿੱਚੋਂ ਵਿਭਾਗ ਨੂੰ ਜਗ੍ਹਾ ਦਿੱਤੀ ਸੀ, ਪਰ ਇਹ ਜਗ੍ਹਾ ਦੇਣ ਦਾ ਸਾਨੂੰ ਕੋਈ ਫਾਇਦਾ ਨਹੀਂ ਹੋਇਆ। ਉਹਨਾਂ ਕਿਹਾ ਕਿ ਜੇ ਨਹਿਰੀ ਵਿਭਾਗ ਵੱਲੋਂ ਸਾਨੂੰ ਪਾਣੀ ਨਹੀਂ ਦੇਣਾ ਤਾਂ ਸਾਡੀ ਜਗ੍ਹਾ ਹੀ ਵਾਪਸ ਕਰ ਦੇਣ ਤੇ ਸਾਨੂੰ ਮੋਟਰ ਤੇ ਨਵੇਂ ਕਨੈਕਸ਼ਨ ਲਗਾਉਣ ਦੀ ਮਨਜ਼ੂਰੀ ਦਿੱਤੀ ਜਾਵੇ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ, ਲਾਈਵ ਭਾਰਤ। ਭਾਈ ਮੇਰਾ ਨਾਮ ਸੁਖਰਾਜ ਵਾ, ਪਿੰਡ ਮੇਰਾ ਜ਼ਿਲ੍ਹਾ ਛਤਰਾ ਵਾ, ਜਿਹੜੀ ਸਾਡੀ ਹੱਦ ਬਸਤ ਵਾ ਇਹ ਸਾਡੀ ਪੈਂਦੀ ਅਮੀਪੁਰ ਦੇ ਵਿੱਚ। ਜਿਹੜੀ ਨਹਿਰ ਆ ਰਹੀ ਹੈ ਇਹ ਅਟਾਰੀ ਨਹਿਰ ਵੱਜਦੀ ਹੈ, ਜਿਹੜੀ ਸਾਡੇ ਜ਼ਿਲ੍ਹਾ ਛਤਰਾ ਤੋਂ ਆਪਣਾ ਮੋਹਨ ਲਾਲ ਤੋਂ ਲੈ ਕੇ ਜਿਹੜੀ ਨਹਿਰ ਲੰਘਦੀ ਪਈ ਆ। ਸਮੱਸਿਆ ਕੀ ਆ ਰਹੀ? ਸਮੱਸਿਆ ਭਾਅ ਜੀ ਨਾ ਤਾਂ ਇਹਦੀ ਆਪਣਾ ਕਦੀ ਨਹਿਰ ਨੂੰ ਕਿਸੇ ਨੇ ਖਾ ਲਿਆ ਵਾ, ਜਿਹੜੇ ਆਪਣਾ ਸਰਕਾਰ ਨੇ ਮੇੜ ਲਾਏ ਨੇ 50-50 ਹਜ਼ਾਰ ਰੁਪਇਆ ਤਨਖਾਹਾਂ ਦੇਣ ਡੇ ਆ, ਉਹ ਆਣ ਕੇ ਇੱਥੇ ਟਾਹਲੀ ਲੱਗੀ ਆ, ਉਹ ਵੇਖੋ ਮਾਰਿਓ ਮਰਜਾ ਉਹਦੀ ਛਾਵੇਂ ਬਹਿ ਕੇ ਨਾ ਤੇ ਚੱਲ ਜਾਂਦੇ ਨੇ। ਪਾਣੀ ਬੰਦ ਹੋਏ ਕਿੰਨਾ ਚਿਰ ਹੋਇਆ? ਪਾਣੀ ਸਾਰਾ ਸਾਨੂੰ ਮਿਲਿਆ ਹੈ ਨਹੀਂ ਆ, ਜਦੋਂ ਦੇ ਸਾਡੀ ਅਸੀਂ ਹੋਸ਼ ਸੰਭਾਲੀ ਆ ਹੀ ਵੇਖਿਆ, ਮੈਂ ਕਹਿੰਦਾ ਪਾਣੀ ਵੇਖਿਆ ਨਹੀਂ, ਜਦੋਂ ਸਾਡੀ ਨਿਆਣ ਕੱਚੀ ਸੀ ਨਾ ਪਾਣੀ ਆਉਂਦਾ ਸੀ। ਜਦੋਂ ਪੱਕੀ ਇਹ ਪਾਣੀ ਨਹੀਂ ਆਇਆ? ਪੱਕੀ ਇੱਕ ਸਾਲ ਪਾਣੀ ਆਇਆ ਵਾ ਇਹ, ਉਸ ਤੋਂ ਬਾਅਦ ਪਾਣੀ ਆ। ਸਾਡੀ ਨਾ ਅਸੀਂ ਆਪਣੀ ਪਿਆਲੀ 'ਚੋਂ ਸਰਕਾਰ ਨੂੰ ਜ਼ਮੀਨ ਰਿਕੁਆਇਰ ਕੀਤੀ, ਜਿਹਦੇ ਸਰਕਾਰ ਨੇ ਅਸੀਂ ਆਪਣੀ ਜ਼ਮੀਨ ਦੇ ਵਿੱਚੋਂ ਉਹਨਾਂ ਨੂੰ ਦਿੱਤੇ ਆ ਕਿ ਆਪਣਾ ਜੋ ਨਹਿਰ ਨਿਕਲੀ ਆ। ਉਹ ਤੋਂ ਬਾਅਦ ਇੱਕ ਸਾਲ ਪਾਣੀ ਆਇਆ ਵਾ ਜਦੋਂ ਪੱਕੀ ਨਹਿਰ ਹੋਈ ਸੀ, ਉਹ ਤੋਂ ਬਾਅਦ ਘਾਹ ਬੂਟ ਸਾਰਾ ਕੰਮ ਇੱਥੇ ਹੋਇਆ ਵਾ। ਉਹ ਤੋਂ ਬਾਅਦ ਇਹਦੀ ਖਲਾਈ ਜੇ ਕਰਦੇ ਆ ਨਰੇਗਾ ਥਰੂ, ਇੱਕ ਦੋ ਵਾਰ ਕੀਤੀ ਵੀ ਹੈਗੀ ਉਹਨਾਂ ਨੇ, ਉਹ ਤੋਂ ਬਾਅਦ ਪਾਣੀ ਅਸੀਂ ਵੇਖਿਆ ਨਹੀਂ ਆ। ਕਿੰਨਾ ਨੁਕਸਾਨ ਹੋ ਰਿਹਾ? ਨੁਕਸਾਨ ਵੇਖੋ ਜੀ, ਆਹ ਵੇਖੋ ਆਹ ਕਮਾਦ, ਤੁਹਾਨੂੰ ਮੈਂ ਦੱਸਣ ਲੱਗਾ ਵਾ, ਇਹ ਵੀ ਸੁੱਕਣ ਡਿਆ ਵਾ, ਆਹ ਝੋਨੇ ਸੁੱਕਣ ਡਿਆ ਜਿਹੜੇ ਪਾਣੀ ਦੇ ਸਿਰ 'ਤੇ। ਇੱਕ ਨਾਲ ਜ਼ਿਮੀਂਦਾਰ ਸਾਡੇ ਭਰਾ ਵੀ ਆਏ ਨੇ, 50-60 ਕਿੱਲੇ ਜਿਹੜੀ ਪਿਆਲੀ ਆ ਨਹਿਰੀ ਵਿਭਾਗ ਦੇ ਸਿਰ 'ਤੇ ਬੈਠੀ ਆ, ਜਿਨ੍ਹਾਂ ਕੋਲ ਬੋਰ ਦੇ ਕਨੈਕਸ਼ਨ ਨਹੀਂ ਆ। ਜਾਂ ਤਾਂ ਸਰਕਾਰ ਸਾਨੂੰ ਦੇ ਕਨੈਕਸ਼ਨ, ਉਹ ਬੋਰ ਕਰਾ ਕੇ ਕਨੈਕਸ਼ਨ ਲੈ ਕੇ ਆਪਣਾ ਝੋਨਾ ਪਾ ਲੈਣ। ਇਹ ਤਾਂ ਕਿਸੇ ਨੂੰ ਪਤਾ ਵੀ ਨਹੀਂ ਹੈ ਕਿ ਆਪਣਾ ਹੁਣ ਕੀ ਡਿਆ ਇੱਥੇ। ਲੱਗਦਾ ਵਿਭਾਗ ਦੀ ਕਿਤੇ ਅਣਗਹਿਲੀ ਕਰਕੇ ਸਭ ਕੁਝ ਹੋਇਆ? ਅਣਗਹਿਲੀ ਹੋਈ ਆਪਣਾ ਨਹਿਰੀ ਵਿਭਾਗ ਦੀ, ਜਿਹੜੇ ਉਹਨਾਂ ਦੇ ਆਪਣੇ SDO ਆ ਉਹਨਾਂ ਨੂੰ ਫੋਨ ਵੀ ਕੀਤਾ ਵਾ, ਗੱਲ ਵੀ ਹੋਈ ਆ, ਅਸੀਂ ਅੱਜ ਭੇਜਦੇ ਹਾਂ ਕੱਲ੍ਹ ਭੇਜਦੇ ਹਾਂ, ਜਈ ਨਾਲ ਗੱਲ ਹੋਈ ਆ, ਅਸੀਂ ਅੱਜ ਆਉਂਦੇ ਹਾਂ। ਜਿਹੜੇ ਥੱਲੇ ਨਾਲ ਰੱਖੇ ਆਪਣਾ ਮੇਡ, ਉਹਨਾਂ ਦੀ ਡਿਊਟੀ ਕੀ ਆ? ਨਹਿਰ ਸਫਾਈ ਦੀ। ਉਹ ਆਪਣਾ ਇੱਥੇ ਆਣ ਕੇ ਟਾਹਲੀ ਦੀ ਛਾਵੇਂ ਥੱਲੇ ਬਹਿ ਕੇ ਚੱਲ ਜਾਂਦੇ ਆ, ਸਫਾਈ ਦਾ ਕੋਈ ਪਤਾ ਹੀ ਹੈ ਨਹੀਂ ਆ। ਸੁੱਕੀਆਂ ਤਨਖਾਹਾਂ ਲੈ ਰਹੇ ਨੇ। ਮੰਗ ਇਹ ਕਹਿਣ ਡੇ ਕਿ ਆਪਣਾ ਜਿਹੜੇ ਆਪਣਾ ਜਿਹੜੇ ਆਪਣਾ ਮੇਡ ਨੇ, ਜਾਂ ਸਾਡੀ ਇੱਥੇ ਸਾਡਾ ਪਾਣੀ ਬਚਾ ਜਾਏ। ਮੇਨ ਗੱਲ ਜੀ ਪਾਣੀ ਆ ਜੇ। ਸਾਡੀ ਮੰਗ ਇਹੀ ਆ ਜੀ, ਆਪਣਾ ਸਾਡਾ ਪਾਣੀ ਆਉਣਾ ਚਾਹੀਦਾ ਵਾ, ਜੇ ਅਸੀਂ ਸਰਕਾਰ ਨੂੰ ਆਪਣੀ ਜ਼ਮੀਨ ਦੇ ਵਿੱਚੋਂ ਆਪਣੀ ਨਹਿਰ ਕਢਵਾਈ ਆ। ਇਹ SYL ਵਾਲੇ ਤਾਂ ਹੈ ਨਹੀਂ ਆ, ਜਿਹੜਾ ਹਰਿਆਣੇ ਪਾਣੀ ਜਾਣਾ ਵਾ, ਆ ਜਾ ਕੇ ਪੰਜਾਬ ਦੇ ਵਿੱਚ ਪਾਣੀ ਆ। ਸਾਡੀ ਇਹੋ ਹੀ ਮੰਗ ਆ ਸਰਕਾਰ ਨੂੰ ਕਿ ਸਾਡਾ ਆਪਣਾ ਪਾਣੀ ਸਾਨੂੰ ਦਿਓ, ਜਿਹੜਾ ਹੈਗਾ ਰਾਜਸਥਾਨ ਜਿਹੜੀਆਂ ਪੱਕੀਆਂ ਨਹਿਰਾਂ ਕਰਾ ਰਹੇ ਉਹ ਰਹਿਣ ਦਿਓ, ਪਹਿਲਾਂ ਇਹ ਆਪਣਾ ਪੰਜਾਬ ਦਾ ਵੇਖ ਲਓ। ਮੇਰਾ ਨਾਮ ਸ਼ੁਭਦੀਪ ਸਿੰਘ ਆ, ਪਿੰਡ ਸਾਡਾ ਜੋੜਾ ਛਤਰਾ ਵਾ। ਹਾਂਜੀ, ਸਮੱਸਿਆ ਹੈ ਕਿ ਭਾਅ ਜੀ ਸਾਨੂੰ ਜਦੋਂ ਤੱਕ ਸਾਡੇ ਬਜ਼ੁਰਗ ਦੱਸਦੇ ਪਏ ਨੇ ਕਿ ਅਸੀਂ ਤਾਂ ਚਲੋ ਛੋਟੇ ਹੁੰਦੇ ਆ ਤੱਕ ਨਹੀਂ ਨਹਿਰ ਕੱਚੀ ਦੇਖੀ, ਜਿਉਂ ਦੇ ਕੱਚੀ ਕਹਿੰਦੇ ਨਹਿਰ ਆਉਂਦੀ ਰਹੀ ਉਦੋਂ ਤੱਕ ਨਹਿਰ ਆਈ ਆ, ਜਿਉਂ ਦੇ ਅਸੀਂ ਆਪਣੀ ਹੋਸ਼ ਸੰਭਾਲੀ ਆ, ਅੱਜ ਸਾਡੀ ਹੋਸ਼ ਤੱਕ ਅੱਜ ਤੱਕ ਕਦੀ ਨਹਿਰ 'ਚ ਹੀ ਪਾਣੀ ਨਹੀਂ ਦੇਖਿਆ। ਜੇ ਆਪ ਪਿੱਛੇ ਵੀ ਪਹਿਲਾਂ ਕਹਿੰਦੇ ਜਿੱਥੋਂ ਨਹਿਰ ਆਉਂਦੀ ਆ ਉਦੋਂ ਵੀ ਪਾਣੀ ਰੁੜ ਜਾਂਦਾ ਰਿਹਾ ਵਾ, ਉਦੋਂ ਸਿਰਫ ਸਾਨੂੰ ਆਪ ਮੇਰੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਸਾਡੇ ਜ਼ਿਮੀਂਦਾਰਾਂ ਬੰਦੇ ਨੂੰ ਨਾਲ ਲੈ ਕੇ ਦੁਪਹਿਰ ਕਪਾਉਂਦੇ ਆ ਕਿ ਬੋਰੀਆਂ ਰੱਖੋ, ਅੱਜ ਵੀ ਜਦੋਂ ਵੀ ਕਿਤੇ ਪਾਣੀ ਰੁੜਦਾ ਅਸੀਂ ਆਪ ਨਾਲ ਹੋ ਕੇ ਸਹਿਯੋਗ ਦਿੰਦੇ ਹਾਂ। ਹੁਣ ਸਾਡੀ ਫਸਲਾਂ ਦੇ ਬੰਨੇ ਸਾਰੇ ਨਹਿਰ ਦੇ ਉੱਪਰ ਰੁੱਖ ਲੱਗੇ ਹੋਏ ਨੇ, ਹੁਣ ਸਾਡਾ ਉੱਧਰ ਵੀ ਨੁਕਸਾਨ ਹੋਣ ਡਿਆ ਨਾ ਸਾਨੂੰ, ਜਾਂ ਤੁਹਾਨੂੰ ਪਾਣੀ ਆਏ ਤੁਹਾਨੂੰ ਰੁੱਖਾਂ ਦਾ ਦੁੱਖ ਨਾ ਹੋਵੇ, ਹੁਣ ਰੁੱਖਾਂ ਕਰਕੇ ਸਾਡੇ ਕਿੰਨਾ ਕਿੰਨਾ ਘੱਟ ਤੋਂ ਘੱਟ 5-5-6-6 ਕਿੱਲੇ ਤੁਹਾਡਾ ਰੋਜ਼ ਜਿਹੜਾ ਵਾ ਫਸਲਾਂ ਦਾ ਖਰਾਬ ਹੋਣ ਡਿਆ ਵਾ, ਅਤੇ ਜਾਂ ਤੁਹਾਨੂੰ ਜਿਹੜੀ ਜ਼ਮੀਨ ਸਾਡੀ ਨਹਿਰ ਤੋਂ ਕਾਰਵਾਈ ਕੱਟ ਕੇ ਦਿੱਤੀ ਆ, ਜਾਂ ਸਾਨੂੰ ਸਾਡੀ ਜ਼ਮੀਨ ਪੂਰੀ ਕਰ ਦੇਣ, ਅਤੇ ਜਾਂ ਸਾਨੂੰ ਹਰ ਸਾਲ ਆਪਣੇ ਟਾਈਮ ਝੋਨੇ ਤੋਂ ਪਹਿਲਾਂ ਹੀ ਸਾਡਾ ਪਾਣੀ ਦੇਣ ਕਰਨਾ ਹੋਣਾ ਜੀ। ਜੇ ਆਪਾਂ ਝੋਨੇ ਨੂੰ ਪਾਣੀ ਲਾਉਂਦੇ ਹਾਂ ਸਾਡੇ ਕਮਾਦ ਸੁੱਕ ਜਾਂਦੇ ਆ, ਜੇ ਹੁਣ ਕਮਾਦਾਂ ਵੱਲ ਹੋਈਏ ਸਾਡੇ ਝੋਨੇ ਖਰਾਬ ਹੋ ਜਾਂਦੇ ਆ। ਹਰ ਫਸਲ ਤੇ ਸਾਨੂੰ ਹੋਰ ਲੱਖਾਂ ਰੁਪਈਆ ਲਾ ਕੇ ਅਸੀਂ ਆਪਣੀ ਜਿਹੜੀ ਜ਼ਮੀਨ ਆਪਾਂ ਕੰਮ ਕਰਨੇ ਆ, ਪਰ ਸਾਨੂੰ ਪਾਣੀ ਤੁਹਾਨੂੰ ਬਹੁਤ 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 ਜ਼ਿਆਦਾ ਦਿੱਕਤ ਹੈ। ਇਹਨਾਂ ਨੂੰ ਘੱਟ ਤੋਂ ਘੱਟ 10 ਸਾਲ ਹੋ ਗਏ, ਇੱਕੋ ਸਾਲ ਹੀ ਦੱਸਦੇ ਬਜ਼ੁਰਗਾਂ ਦੇ ਦੱਸਣ ਦੇ ਮੁਤਾਬਕ, ਇੱਕੋ ਜੋਨ ਤੱਕ ਅਸੀਂ ਛੋਟੇ ਹਾਂ ਆਪਾਂ, ਅਤੇ ਸਿਰਫ ਇੱਕ ਸਾਲ ਨਹਿਰ ਆਈ ਹੈ ਪੱਕੀ ਹੋਣ ਤੋਂ ਬਾਅਦ ਜਦੋਂ ਆਪਾਂ ਤਾਂ ਹੋਏ ਹਾਂ ਵੇਚਦੇ ਰਹੇ ਹਾਂ, ਅੱਜ ਤੋਂ ਬਾਅਦ ਨਹਿਰ 'ਚ ਕਦੀ ਪਾਣੀ ਨਹੀਂ ਵੇਖਿਆ, ਸਿਰਫ ਭੰਗ ਵੇਖੀ।
बिलकुल जी सारा काम ही विभाग का विभाग कर चाहे इतने की कुछ नहीं कर सकता नहर का पानी हर तक हाडे तक आ सकता पर कोई इन्नी और नहीं कर रहा कोई नहीं कम कर रहा नहर का कसूर सारा नहर महकमे का कसूर है जे वो चाहन तो पानी आ सकता वा पर इन्होंने हाजे तक हाडे कोई इतने बंदा को पहुंचे नहीं हाजे तक हाडे मोगियां तक सफाई तक नहीं हुई। मेरा नाम हिमत सिंह पिंड जोड़ा छतरा समस्या नहर च पानी नहीं आन रहा जू नहर पक्की हुई है उदों साल दो पानी आया बाद च पानी नहीं आया यो समस्या रही है नहर की कभी कद बह गई तो कदम कदों बह गई इन्हों अजे आखना तो मैं गल सुना पानी तो मैंने दे हड़ो मैं झूना लाना वा पर नहीं इन्हें पानी दिता जे जे एस डी ओ साहब न आख्या मैं फोन करके तो एस डी ओ साहब तेरे हिम सिंह आ जाता पानी कौन बोलता मैं हिम सिंह बोलना जोड़े सत्रा तो जे जई न फोन लाया जई ने भी गल मेरी हुई है मेट ना मेरी गल हुई सारे नंबर मेरे को भेज देने इन्होंने अज देने कल देने हाटे तो हम हार के कमार छुप चले ने जोड़े झूने लाए ने अं बंबी तो लाए ने तो जे हूँ जे कुमार पानी लाइए तो झोने लाइए अं किधर जाइए ये समस्या आदि 10 साल हो चले ने जी ये 10 सालों से वादी हो गई समस्या इन्हें किसी ने कार्रवाई नहीं की अं मांग करते हाडे हाडे तो पानी पचाउन हाडी फसलां ना सुकन हाडे जरा वा पानी है सानू जरा हाडा वा हाडे नहर का पानी सानू तो देना अपनी फसलों लाइए हाडी फसलों तो बजन